सूबे में नगर निगम और नगर पंचायत के 17 दिसंबर को होने वाले चुनाव के लिए यहां नामांकन पत्र दाखिल करने और वापस लेने का काम समाप्त हो गया। वहीं इल्जामबाजियों का दौर शुरू हो गया। ऐसे ही जिला संगरूर के मूनक में वार्ड नंबर 2 के भोला सिंह ने अपने समर्थकों के साथ धरना प्रदर्शन करते इल्जाम लगाया कि प्रशासन ने राजनीतिक दबाव में मेरे साथ धक्केशाही करते मेरे नामांकन पत्र वापस लिए थे, शो कर दिए कि जब मैंने अपने कागज वापस नहीं लिए। दूसरी ओर पुलिस ने मामले में इंसाफ दिलाने का भरोसा दिलाकर धरने को समाप्त करवाया। वहीं SDM विक्रमजीत शेरगिल ने मामले की जानकारी देते मामले को बेबुनियाद बताया। संगरूर से कैमरामैन संजीव के साथ विनोद कुमार गोयल, आजाद टीवी न्यूज। ये कहना चाहते हैं कि साहब मैं वार्ड नंबर 2 चों भोला सिंह जगदीश राय वर्सी भोला सिंह असी टक्कर खड़े हैं दोए। मेरे कागज कंप्लीट सारे मेरे ओके की रिपोर्ट मैंने दी गई भी तेरे कागज कंप्लीट ने। कल वापसी की तरीक सी, मैं कोई कागज वापस नहीं किया है। मेरा विड्रोल च नाम पाया गया भी इन्हें सहमति कर ली जगदीश राय नाल। ਇਹ ਕੀ ਲੱਗਦਾ ਤੁਹਾਨੂੰ ਵੀ ਜਿਹੜਾ ਇਹ ਤਰ੍ਹਾਂ ਕਾਗਜ਼ ਬੰਦਾ ਵੀ ਇਹਦੇ ਵਿੱਚ ਕੋਈ ਸਿਆਸੀ ਸਟੰਟ ਹੈ ਜਾਂ ਕੋਈ ਪ੍ਰਸ਼ਾਸਨ ਦੀ ਉਹ ਹੈ? ਇਹਦੇ ਵਿੱਚ ਪ੍ਰਸ਼ਾਸਨ ਦੂਜਾ ਨੰਬਰ ਇੱਥੇ ਗੋਲਡੀ ਟਾਊਟ ਉਸ ਬੰਦੇ ਨੇ ਸਾਰੀ ਜ਼ਰਾਬਤ ਕੀਤੀ ਹੈ ਕਿ ਸਾਡੀ ਵਾਰਡ ਦੇ ਸਾਡੇ ਮੂਨਕ ਸ਼ਹਿਰ 'ਚ 3000 ਵੋਟ ਹੈ ਸਾਡੀ ਬਰਾਦਰੀ ਦੀ। ਇਹਦੇ ਵਿੱਚੋਂ ਸਿਰਫ ਮੈਂ ਸਿੱਖ ਬਰਾਦਰੀ ਦਾ ਮੈਂ ਇਕੱਲਾ ਖੜਿਆ 13 ਵਾਰਡਾਂ ਦੇ ਵਿੱਚੋਂ ਇਕੱਲਾ ਬੰਦਾ। ਉਸ ਦਾ ਵੀ ਇਹ ਸੋਚ ਰਹੇ ਨੇ ਵੀ ਇਹ ਵੀ ਵਿਡਰੋਲ 'ਚ ਇਹਨੂੰ ਪਾਇਆ ਜਾਏ ਵੀ ਇਹ ਵੀ ਨਾ ਖੜਾ ਹੋਏ। ਵੀ ਭੱਠਲ ਨੂੰ ਐਡਾ ਨੁਕਸਾਨ ਜਾਏਗਾ ਕਿ ਜ਼ਿੰਦਗੀ ਭਰ ਯਾਦ ਰੱਖੇ ਕਿ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਏਰੀਏ ਦੇ ਵਿੱਚ ਸਿੱਖ ਬੜੀ ਭਾਰੀ ਰੋਸ਼ ਹੈ ਸਾਰੇ 'ਚ। ਇੱਕ ਸਿਰਫ ਗੋਲਡੀ ਇੱਥੇ ਟਾਊਟ ਹੈ ਉਹਦੇ ਕਰਕੇ ਬੀਬੀ ਭੱਠਲ ਨੂੰ ਐਡਾ ਵੱਡਾ ਨੁਕਸਾਨ ਭੁਗਤਣਾ ਪਏਗਾ ਕਿ ਸਾਰੀ ਜ਼ਿੰਦਗੀ ਰਾਹੁਲ ਵੀ ਯਾਦ ਕਰੇਗਾ, ਹੈਨਰੀ ਵੀ। ਇਹ ਸਾਰੇ ਹੈਨਰੀ ਦਾ ਚਮਚਾ ਬਣਿਆ ਗੋਲਡੀ ਟਾਊਟ। ਇਹ ਸਾਰਾ ਟਾਊਟ ਸਾਡੇ ਏਰੀਏ ਦੇ ਵਿੱਚ ਸਭ ਤੋਂ ਮੰਨਿਆ ਪਰਮੰਨਿਆ ਟਾਊਟ ਇਹ ਵੇ। ਇਹ ਇਕੱਲਾ ਬੀਬੀ ਭੱਠਲ ਦਾ ਸਾਡੀ ਜਦੋਂ ਲਿਸਟ ਆਈ ਲਿਸਟ ਦੇ ਵਿੱਚ ਸਾਡਾ ਨਾਂ ਨਹੀਂ ਸੀ ਹੈਗਾ ਉਹਦੇ ਨਾਲ। ਅਸੀਂ ਪ੍ਰਸ਼ਾਸਨ ਨਾਲ ਅਸੀਂ ਸੰਪਰਕ ਕੀਤਾ SDM ਸਾਹਿਬ, ਪਤਾ ਲੱਗਿਆ ਜਿਵੇਂ ਜਿਹੜਾ ਵਾਰਡ ਨੰਬਰ 2 ਦੇ ਵਿੱਚ ਦੋ ਕੈਂਡੀਡੇਟ ਸੀਗੇ, ਭੋਲਾ ਸਿੰਘ ਸੀਗਾ ਅਤੇ ਇਹਦੇ ਜਿਹੜੇ ਕੱਲ੍ਹ ਵਿਦਰੋਲ ਦੀ ਲਾਸਟ ਡੇਟ ਸੀਗੀ। ਉਹ ਵਿਦਰੋਲ ਦਾ ਇਹ ਕਹਿ ਰਿਹਾ ਹੈਗਾ ਵੀ ਮੈਂ ਵਿਦਰੋਲ ਨਹੀਂ ਕੀਤਾ ਹੈਗਾ, ਮੈਂ ਕੋਈ ਸਾਈਨ ਨਹੀਂ ਕੀਤੇ ਹੈਗੇ ਵਿਦਰੋਲ ਫੋਰਮ 'ਤੇ। ਇਸ ਦੇ ਬਾਵਜੂਦ ਮਤਲਬ ਮੇਰਾ ਕੱਲ੍ਹ ਸ਼ਾਮ ਦੀ ਲਿਸਟ ਦੇ ਵਿੱਚ ਵਿਦਰੋਲ ਦਾ ਆ ਗਿਆ ਅਤੇ ਜਗਦੀਸ਼ ਰਾਜ ਨੇ ਉੱਥੇ ਦੇ ਦੂਸਰੇ ਕੈਂਡੀਡੇਟ ਵੀ ਉਹਨਾਂ ਨੂੰ ਵਿਨਰ ਕਰਾਰ ਦਿੱਤਾ। ਅਤੇ ਹੁਣ ਮਤਲਬ ਇਹਨਾਂ ਨੇ SDM ਸਾਹਿਬ ਨੂੰ ਰਿਕੁਐਸਟ ਕੀਤੀ ਹੈ ਅੱਗੇ ਇਸਦਾ ਸਮਾਧਾਨ ਕਰਨ ਕਿ ਕਿੱਥੇ ਪ੍ਰੋਬਲਮ ਆ ਰਹੀ ਹੈਗੀ ਹੈ, ਜਿਹੜੀ ਵਿਦਰੋਲ ਦੀ ਸੀ ਇਹਨਾਂ ਨੇ ਜਦੋਂ ਕੀਤਾ ਨਹੀਂ ਜਦੋਂ ਕਿਉਂ ਪਾਇਆ। ਉਹਨਾਂ ਦਾ ਕਹਿਣਾ ਕੀ ਹੈ ਕੀ ਨਹੀਂ ਹੈ ਦੈਟ ਇਜ਼ ਇਰਰੇਲੇਵੈਂਟ ਜੀ। ਸਾਡੇ ਵੱਲੋਂ 63 ਨੋਮੀਨੇਸ਼ਨ ਸਾਨੂੰ ਰਿਸੀਵ ਹੋਏ ਸੀਗੇ ਲਾਸਟ ਡੇਟ ਆਫ ਨੋਮੀਨੇਸ਼ਨਸ ਤੱਕ 63 ਨੋਮੀਨੇਸ਼ਨ ਮਿਲੇ ਸੀ ਅਤੇ 63 ਦੇ 63 ਨੋਮੀਨੇਸ਼ਨਸ ਪ੍ਰੀਲਿਮਨਰੀ ਚੈੱਕ ਕਰਕੇ ਵੀ ਅਤੇ ਸਕਰੀਨ ਕਰਕੇ ਵੀ ਸਾਰੇ ਦੇ ਸਾਰੇ ਐਕਸੈਪਟ ਹੋਏ ਸੀ, ਕੋਈ ਵੀ ਨੋਮੀਨੇਸ਼ਨ ਰਿਜੈਕਟ ਨਹੀਂ ਸੀ ਹੋਇਆ। ਵਿਦਰੋਲ ਵਾਲੇ ਦਿਨ 24 ਵਿਦਰੋਲਸ ਆਈਆਂ ਨੇ ਕੈਂਡੀਡੇਟਸ ਵੱਲੋਂ ਓਰੀਜਨਲ, ਜੋ ਓਰੀਜਨਲ ਵਿਦਰੋਲ ਜਿਸ ਰਿਕੁਜ਼ਿਟ ਫੋਰਮ 'ਤੇ ਆਉਣੀ ਹੁੰਦੀ ਹੈ ਉਸੇ ਫੋਰਮ 'ਤੇ ਆਈ ਹੈ। ਉਸਦੇ ਬੇਸਿਸ 'ਤੇ ਜਿਹੜੇ 24 ਬੰਦੇ ਨੇ ਵਿਦਰੋਅ ਕੀਤਾ ਉਹਨਾਂ ਦੇ ਨਾਮ ਉਹਨਾਂ ਦੇ ਕੈਂਡੀਡੇਚਰ ਵਿਦਰੋਅ ਹੋਏ ਨੇ ਅਤੇ ਬਾਕੀਆਂ ਨੂੰ ਵੈਲਿਡਲੀ ਕੰਟੈਸਟਿੰਗ ਕੈਂਡੀਡੇਟਸ ਡਿਕਲੇਅਰ ਕੀਤਾ ਗਿਆ ਜੀ। ਸਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਨਥਿੰਗ ਆਫ ਦੈਟ ਸੌਰਟ, ਉਹ ਤਾਂ ਉਹਦੀ ਪਰਸੈਪਸ਼ਨ ਹੈ ਜੀ, ਉਹ ਤਾਂ ਕਹਿਣ ਨੂੰ ਤਾਂ ਬਹੁਤ ਕੁਛ ਕਹਿ ਸਕਦੇ ਨੇ, ਦੈਟ ਇਜ਼ ਹਿਸ ਪਰਸੈਪਸ਼ਨ। ਸਾਡੇ ਵੱਲੋਂ ਮੈਂ ਤਾਂ ਤੁਹਾਨੂੰ ਅਗੇਨ ਇਹੀ ਰਿਪੀਟ ਕਰ ਸਕਦਾ ਵੀ 63 ਨੋਮੀਨੇਸ਼ਨ ਰਿਸੀਵ ਹੋਏ,